ਇੱਕ ਰੱਸੀ ਨਾਲ ਬੰਧਾਈ ਗਈ ਵਲ ਪੱਥਰ ਵਸਾ ਬਾਜ਼ਾਰ ਦੇ ਵਿੱਚ ਸਰ ਕੈਦੀਆਂ ਦੇ ਜ਼ਖਮਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਹਾਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਏ ਗੱਲ ਬਾਕੇ ਦੇ ਬਾਬੇ ਨੂੰ ਰਤ 40 ਸਾਲ ਰਵਾ ਗਈ ਏ ਗੱਲ ਬਾਕੇ ਦੇ ਬਾਬੇ ਨੂੰ ਰਤ 40 ਸਾਲ ਰਵਾ ਗਈ ਤਤਾਇਰ ਦੇ ਪੈਦਾਦਾਰ ਜੋ ਹੈ ਤਤਾਇਰ ਦੇ ਪੈਦਾਦਾਰ ਜੋ ਹੈ ਕਿਉਂ ਛਤਰੀ ਸ਼ਹਿਰ ਫਿਰਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਇਹ ਗੱਲ ਬਾਕੇ ਦੇ ਬਾਬੇ ਨੂੰ ਰਤ 40 ਸਾਲ ਰਵਾ ਗਈ ਏ ਗੱਲ ਬਾਕੇ ਦੇ ਬਾਬੇ ਨੂੰ ਰਤ 40 ਸਾਲ ਰਵਾ ਗਈ ਤਤਾਇਰ ਦੇ ਪੈਦਾਦਾਰ ਜੋ ਹੈ ਤਤਾਇਰ ਦੇ ਪੈਦਾਦਾਰ ਜੋ ਹੈ ਕਿਉਂ ਛਤਰੀ ਸ਼ਹਿਰ ਫਿਰਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਹਾਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ ਅਰਮਾਨ ਅਲੀ ਦੀਆਂ ਦੀਆਂ ਦੇ ਜਿੰਦ ਘਰ ਪਰਵਾਨ ਨਮਾਜ਼ ਚੜੀ ਹਨ ਬਾਨੀ ਆਪ ਸ਼ਰੀਅਤ ਦੇ ਜਿੰਦ ਘਰ ਪਰਵਾਨ ਨਮਾਜ਼ ਚੜੀ ਹਨ ਬਾਨੀ ਆਪ ਸ਼ਰੀਅਤ ਦੇ ਓ ਸ਼ਾਮ ਦੇ ਆਏ ਕਿ ਮੋੜ ਉਤੇ ਹਾਏ ਕਿਉਂ ਬਾਗੀ ਸਡਵਾਏ ਗਏ ਅਰਮਾਨ ਅਲੀ ਦੀਆਂ
ਦੀਆਂ ਦੇ ਹੱਥ ਰੱਸੀਆਂ ਨਾਲ ਬੰਧਾਏ ਗਏ।